ਆ ਹੁਣੇ ਜਿਹੜਾ ਆਉਂਦੇ ਘਟਨਾ ਵਾਪਰੀ ਹੈ ਨਾ, ਤੁਸੀਂ ਉਹਨੂੰ ਮੈਂਟਲ ਕਹਿੰਦੇ, ਮੈਂ ਮੈਂਟਲ ਨਹੀਂ ਕਹਿੰਦਾ, ਮੈਨੂੰ ਉਹ ਪੱਗ ਨੂੰ ਹੱਥ ਪਾ ਰਿਹਾ ਸੀ, ਮੈਂ ਤਾਂ ਬੁੱਟ ਫੜ ਲਿਆ, ਕਿਉਂ ਮੈਂਟਲ ਬੰਦਾ ਭੱਜਦਾ ਨਹੀਂ ਹੁੰਦਾ, ਪਾਗਲ ਬੰਦਾ ਭੱਜਦਾ ਨਹੀਂ ਹੁੰਦਾ। ਹੁਣ ਕਦੀ ਸੋਚ ਕੇ ਵੇਖੋ, ਅਗਲੇ ਨਾਲ ਗੰਨਾ ਲੋਡ ਕਰਕੇ ਬੈਠੇ ਨੇ, ਜੇ ਘਟਨਾ ਵਾਪਰ ਜਾਂਦੀ ਫਿਰ ਹਾਏ ਸਾਡਾ ਬੰਦਾ ਮਾਰਦਾ, ਜਿਸ ਕਰਤੂਤਾਂ ਤੁਸੀਂ ਆਪਣੀਆਂ ਉਦਾਂ ਦੀਆਂ ਕਰਨੀਆਂ ਨੇ, ਤੁਸੀਂ ਪਿੱਟ ਸਿਆਪਾ ਮੁੜ ਕੇ ਪਾ ਕੇ ਬਹਿ ਜਾਣਾ, ਮੈਂ ਨਮਸਕਾਰ ਕਰਨ ਆ ਰਿਹਾ, ਤੁਸੀਂ ਵੇਖਿਆ ਹੋਣਾ ਆਉਂਦੇ ਜਿਹੜੇ ਤੁਹਾਡੇ 'ਚ ਬੈਠੇ ਸੀ, ਉਹਨੇ ਇੱਦਾਂ ਪਹਿਲਾਂ ਪੈਸੇ ਵਾਰ ਪੱਗ ਨੂੰ ਹੱਥ ਪਾਇਆ, ਮੈਂ ਵੋਟ ਫੜ ਲਿਆ ਉਹਦਾ ਨਾਲ ਹੀ, ਉਸੇ ਵੇਲੇ ਸ਼ੁਰੂ ਹੋ ਗਿਆ। ਹੁਣ ਕਈ ਕਹਿੰਦੇ ਕਿ ਮੈਂਟਲ ਸੀ ਜੀ, ਮੈਂਟਲ ਬੰਦੇ ਨੂੰ ਭੱਜਣ ਦੀ ਲੋੜ ਨਹੀਂ ਪੈਂਦੀ, ਉਹਨੇ ਇੱਥੇ ਬੈਠਣਾ ਸੀ, ਅਗਲੇ ਸਿਖਾ ਕੇ ਘੱਲਦੇ ਆ ਵੀ ਜੇ ਤਾਂ ਫੜਿਆ ਗਿਆ ਕਹਾਂਗੇ ਪਾਗਲ ਹੈ, ਜੇ ਕਾਮਯਾਬ ਹੋ ਗਿਆ ਤਾਂ ਠੀਕ ਹੈ। ਪਰ ਸਾਨੂੰ ਇਹ ਗਮ ਨਹੀਂ ਹੈ ਪੱਗਾਂ ਦਾ, ਪੱਗ ਸਾਡੀ ਥੋੜ੍ਹੀ ਹੈ, 7-8 ਮੀਟਰ ਦੀ ਲਾ ਦੋਗੇ ਭਰਿਓ, ਪਰ ਸ਼ਰਮ ਕਰੋ, ਭੇਜਣ ਵਾਲਿਓ ਡੁੱਬ ਕੇ ਮਰ ਜਾਓ। ਜਿਨ੍ਹਾਂ ਦੇਸ਼ਾਂ 'ਚ ਪੱਗਾਂ 'ਤੇ ਪਾਬੰਦੀਆਂ ਉੱਥੇ ਤੇ ਕੇਸ ਲੜ ਰਹੇ ਨੇ, ਜਿੱਥੇ ਅਸੀਂ ਖੁਦ ਬਣ ਰਹੇ ਲਾਉਣ ਦੀਆਂ ਅਸੀਂ ਤਿਆਰੀਆਂ ਕਰਕੇ ਬੈਠੇ, ਅੰਦਰ ਖਤਰਾ ਪਿਆ ਤੁਹਾਨੂੰ, ਜੇ ਤੁਹਾਨੂੰ ਇੰਨਾ ਡਰ ਹੁੰਦਾ ਨਾ, ਅਗਲਾ ਡਰ ਤੁਹਾਨੂੰ ਸ਼ਬਦ ਦੀ ਵਿਚਾਰਦਾ ਹੈ, ਇੱਥੇ ਕੋਈ ਖਾੜਾ ਨਹੀਂ ਲੱਗਾ, ਇੱਥੇ ਕੋਈ ਅਸੀਂ ਆ ਵੋਟਾਂ ਮੰਗਣ ਨਹੀਂ ਆਏ, ਗੁਰੂ ਦੀ ਗੱਲ ਕਰ ਰਹੇ ਹਾਂ ਵੀ ਆਪਣੇ ਪੁੱਤ ਬਚਾ ਲਓ, ਗੁਰਬਾਣੀ ਖੁਦ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਓ, ਨਮਸਕਾਰ ਕਰ ਲਓ, ਆਪਣੇ ਘਰਾਂ 'ਚ ਬਣ ਗਈਆਂ ਪੋਥੀਆਂ ਰੱਖ ਲਓ। ਡਰ ਉਹਨਾਂ ਨੂੰ ਪਿਆ ਜਿਨ੍ਹਾਂ ਦੇ ਗਾੜੀ ਮੱਥੇ ਟੇਕਣ ਵਾਲਿਆਂ ਦੀ ਗਿਣਤੀ ਆਏ ਦਿਨ ਉੱਚੀ ਬੋਲੋ ਹੁਣ ਘੱਟ ਰਹੀ ਹੈ। ਅਗਲੇ ਜਾਣ ਗਿਆ ਨਾ, ਉਹ ਕਹਿੰਦੇ ਪਹਿਲਾ ਬਾਬਾ ਹੋਰ ਸੀ, ਅਗਲਾ ਹੋਰ ਹੈ, ਦੂਜਾ ਹੋਰ ਹੈ, ਤੀਜਾ ਹੋਰ ਹੈ, ਔਰ ਚੌਥਾ ਤੇ ਹੋਰ ਹੀ ਕਿਸਮ ਦਾ ਨਿਕਲਿਆ, ਏਦਾਂ ਗੱਲਾਂ ਕਰਦੇ ਆ ਤੇ ਨਿਕਲਣਾ ਹੀ ਨਹੀਂ। ਗੁਰੂ ਸਾਹਿਬ ਨੇ ਗੱਲ ਬੜੀ ਨਿਵੇਕਲੀ ਕੀਤੀ ਸੀ, ਖੁਦ ਬਾਣੀ ਪੜ੍ਹੋ, ਖੁਦ ਵਿਚਾਰੋ, ਆਪਣੇ ਅੰਦਰੋਂ ਡਰ ਬਾਹਰ ਕੱਢੋ। ਡਰਾਇਆ ਗਿਆ ਸਾਨੂੰ, ਆਪਾਂ ਰੋਜ਼ ਪੜ੍ਹਦੇ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੇ।